ਦਿੱਲੀ ਜਾਣੀ ਮੈਂ ਨਹੀਂ ਭਾਲਣਾ ਜੇ ਖੰਨਾ ਗੋਬਿੰਦਗੜ ਕਿੱਥੋਂ ਭਾਲਣਾ ਖੰਨਾ ਗੋਬਿੰਦਗੜ ਦਿੱਲੀ ਨਾਲ ਨਾ ਨਹੀਂ ਦਿੱਲੀ ਕੋ ਜਿਹਨੇ 500 ਰੁਪਏ ਦੀ ਟਿਕਟ ਲੈਣੀ ਆ ਉਹਨੂੰ ਸੀਟ ਨਾ ਦਵਾ ਖੰਨੇ ਵਾਲੇ ਨੂੰ ਨਹੀਂ ਮੇਰੀ ਗੱਲ ਤਾਂ ਸੀਟ ਸਰਕਾਰ ਤੋਂ ਬੰਦ ਕਰਵਾ ਦੋ ਨਾ ਕਿਉਂ ਮੈਂ ਕਹਾਂ ਸਰਕਾਰ ਤੂੰ ਕਹਿੰਦੇ ਸਰਕਾਰ ਨੂੰ ਕਿਉਂ ਮੇਰੀ ਗੱਲ ਸਰਕਾਰ ਨੇ ਫਿਰ ਕਿਉਂ ਚਲਾਇਆ ਮੇਰੇ ਪਾਸ ਇਹਨਾਂ ਲੈਕਚਰ ਕਰਨ ਦਾ ਫਾਇਦਾ ਨਹੀਂ ਸਾਈਡ ਤੇ ਕਿਉਂ ਸਾਈਡ ਹੋ ਹਾਂ ਐਵੇਂ ਸਿਰ ਖਪਾਈ ਕਰਨ ਦੇ ਇਹ ਚੌਥਾ ਗੇੜਾ ਤੇਰਾ ਲੱਗ ਗਿਆ ਕਿਉਂ ਚੌਥਾ ਗੇੜਾ ਮੈਂ ਤਾਂ ਇੱਥੇ ਹੀ ਖੜੀ ਹਾਂ ਜਦ ਤੇ ਪੜੇ ਹੋ ਡਬਰ ਕਰ ਕਿਉਂ ਕਰੀ ਹੋ ਜੋ ਪਰੇ ਕਲੋਤੀ ਰਹਿ ਬਸ ਕਲੋਤੀ ਦੇ ਕਲੋਤੀ ਦੇ ਕੀ ਮਤਲਬ ਹੈ ਸਰਕਾਰ ਕੋ ਮਨਾ ਕਰ ਦੋ ਨਾ ਹਮਨੇ ਮੇਰੇ ਨਾਲ ਕਿਸੇ ਸਿਰ ਪਾਈ ਨਾ ਕਰ ਮੇਰਾ ਸਿਰ ਪੀੜ ਬੜਾ ਘਮੋੜਿਆ ਤੂੰ ਇੱਥੇ ਸਾਈਡ ਤੋਂ ਕੇ ਗੱਲ ਕਰ ਜਿੱਦਾਂ ਕਰਨੀ ਮੇਰੇ ਨਾਲ ਨਾ ਸਿਰ ਪਾਈ ਕਰ ਕਿਉਂ ਮੈਂ ਨਹੀਂ ਵੇਲਾ ਕਰ ਮੇਰੀ ਗੱਲ ਤੋਂ ਮੈਂ ਸਰਕਾਰੀ ਗੱਡੀ ਹੈ ਇਹ ਤੁਸੀਂ ਲੈ ਕੇ ਜਾਓਗੇ ਘਰ ਬਾੜ ਕੇ ਲੈ ਕੇ ਜਾਓ ਅੱਲੇ ਸਨੀ ਜਾਈਏ ਮੇਰੇ ਨਾਲ ਸਾਹਿਬ ਦਾ ਦਿਮਾਗ ਨਹੀਂ ਫਰਕ ਨਹੀਂ ਕੋਈ ਕਿਉਂ ਫਰਕ ਕਿਉਂ ਹੋਗਾ ਮੇਰੇ ਦਿਮਾਗ ਦਾ ਨਹੀਂ ਦਿੱਲੀ ਕਿੱਥੋਂ ਲੈ ਕੇ ਜਾਓਗੇ ਤੁਮ ਅੰਬਾਲੇ ਸੇ ਕਾਟੋ ਲੈ ਕਿੱਧਰੋਂ ਦੀ ਮਰਜ਼ੀ ਜਮਾ ਮੈਂ ਤੇਰਾ ਠੇਕਾ ਲਿਆ ਕਿਉਂ ਕੀ ਤੂੰ ਫਿਰ ਟੈਸਟ ਕੀਆ ਮੈਂ ਤੇ ਨਹੀਂ ਬੋਲ ਸਕਦਾ ਜੋ ਕਰਨਾ ਜਾਂ ਕਰਨਾ ਜੋ ਕਰਨਾ ਬੱਸ ਕੰਡਕਟਰ ਅਤੇ ਔਰਤਾਂ ਦੇ ਵਿਚਕਾਰ ਅਕਸਰ ਹੀ ਤਿੱਖੀ ਬਹਿਸ ਦੇਖਣ ਨੂੰ ਮਿਲਦੀ ਹੈ ਤੇ ਇਸੇ ਤਹਿਤ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜੀ ਹਾਂ, ਦੱਸ ਦਈਏ ਕਿ ਲੁਧਿਆਣਾ ਬੱਸ ਸਟੈਂਡ ਦੇ ਉੱਤੇ ਦੱਸਿਆ ਜਾ ਰਿਹਾ ਕਿ ਜਦੋਂ ਬਟਾਲਾ ਡਿਪੂ ਦੀ ਆ ਕੇ ਇਹ ਬੱਸ ਰੁਕੀ ਤਾਂ ਦਿੱਲੀ ਜਾਣ ਵਾਲੀ ਸਵਾਰੀਆਂ ਦੀ ਟਿਕਟ ਪਹਿਲਾਂ ਕੱਟੀ ਜਾ ਰਹੀ ਸੀ ਤੇ ਇਸੇ ਵਿਚਕਾਰ ਇੱਕ ਔਰਤ ਜਦੋਂ ਕੰਡਕਟਰ ਨੂੰ ਸਰਹੰਦ ਜਾਣ ਵਾਸਤੇ ਕਹਿੰਦੀ ਹੈ ਤਾਂ ਕੰਡਕਟਰ ਗੁੱਸੇ ਦੇ ਵਿੱਚ ਆ ਜਾਂਦਾ ਹੈ, ਜਿਸ ਤੋਂ ਬਾਅਦ ਔਰਤ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕੰਡਕਟਰ ਦੇ ਵੱਲੋਂ ਉਸ ਨੂੰ ਸੀਟ ਨਹੀਂ ਦਿੱਤੀ ਗਈ ਤੇ ਦੂਜੇ ਪਾਸੇ ਕੰਡਕਟਰ ਦਾ ਕਹਿਣਾ ਸੀ ਕਿ ਬੱਸ ਲੌਂਗ ਰੂਟ ਦੀ ਹੈ, ਸਭ ਤੋਂ ਪਹਿਲਾਂ ਜੋ ਦਿੱਲੀ ਅਤੇ ਅੰਬਾਲੇ ਦੀਆਂ ਸਵਾਰੀਆਂ ਨੇ ਉਹਨਾਂ ਨੂੰ ਟਿਕਟਾਂ ਪਹਿਲਾਂ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਬਾਅਦ ਦੇ ਵਿੱਚ ਜਦੋਂ ਸੀਟਾਂ ਬਚ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਰਾਹ ਦੀਆਂ ਸਵਾਰੀਆਂ ਹੁੰਦੀਆਂ ਨੇ, ਚਾਹੇ ਉਹ ਖੰਨੇ ਦੀ ਹੈ, ਚਾਹੇ ਉਹ ਸਰਹੰਦ ਦੀ ਹੈ, ਚਾਹੇ ਉਹ ਗੋਬਿੰਦਗੜ੍ਹ ਦੀ ਹੈ, ਤਾਂ ਉਹਨਾਂ ਨੂੰ ਉੱਥੇ ਦੀ ਸੀਟ ਦਿੱਤੀ ਜਾਂਦੀ ਹੈ। ਹਾਲਾਂਕਿ ਉਸਨੇ ਮਨਾ ਨਹੀਂ ਕੀਤਾ, ਉਹ ਜਾਂਦਾ ਹੋਇਆ ਇਹਨਾਂ ਨੂੰ ਜ਼ਰੂਰ ਚੜ੍ਹਾ ਲਵੇਗਾ। ਪਰ ਇਸੇ ਵਿਚਕਾਰ ਦੱਸਿਆ ਜਾ ਰਿਹਾ ਕਿ ਔਰਤ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਔਰਤ ਦੇ ਵੱਲੋਂ ਜੋ ਕੰਡਕਟਰ ਦੇ ਨਾਲ ਬਹਿਸ ਕੀਤੀ ਗਈ ਹੈ ਉਸਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਭਾਈ ਜੀ, ਮੈਂ ਇਹੀ ਸਕਾਹਾ, ਮੈਂ ਸਰਹੰਦ ਸ਼ਰੀਫ ਜਾਣਾ, ਮੇਰੇ ਪਾਸ ਪੰਜਾਬ ਦਾ ਆਧਾਰ ਕਾਰਡ ਹੈ, ਕਹਿ ਰਹੇ ਨਹੀਂ ਬਿਠਾਣੀ ਹੈ, ਦਿੱਲੀ ਜਾਏਗੀ। ਮੈਨੂੰ ਕਿਹਾ ਤੁਸੀਂ ਇਹ ਦੱਸੋ ਅੰਬਾਲੇ ਤੇ ਖੰਨੇ ਤੇ ਕਿਉਂ ਜਾਈਏ, ਕਹਿ ਰਹੇ ਨਹੀਂ ਮੈਂ ਨਹੀਂ ਲੈ ਕੇ ਜਾਣਾ ਥਾਣੇਵਾਲ ਸੇ, ਤੂੰ ਬੁਲਾ ਲੈ ਜਿਸ ਕੋ ਬੁਲਾਣਾ, ਹਮੇ ਮੀਡੀਆ ਕਾ ਵੀ ਡਰ ਨਹੀਂ, ਪੈਸੇ ਮੰਗ ਰਹੇ ਕਿਸ ਵਾਸਤੇ, ਪੈਸੇ ਦੇ ਜਬ ਹਮਾਰੇ ਪਾਸ ਸਰਕਾਰ ਨੇ ਆਧਾਰ ਕਾਰਡ ਸੇ ਚਲਾ ਰੱਖਾ ਲੇਡੀ ਕੋ ਲਈ ਫ੍ਰੀ। ਕਹਿਣਾ ਕੀ ਚਾਹੁੰਦੇ ਹੋ ਸਰਕਾਰ ਨੂੰ? ਬਾਈ ਸਰਕਾਰ ਇਹ ਕਹਿਣਾ ਚਾਹਤੇ ਤਾਂ ਆਧਾਰ ਕਾਰਡ ਬੰਦ ਕਰੇ, ਜਾਂ ਇਹਨੇ ਬਸ ਵਾਲੋ ਕੋ ਕਰਨਾ ਚਾਹੀਏ, ਮਤਲਬ ਕਿਆ ਨਾਮ ਹਮੇ ਲੈ ਕੇ ਜਾਏ ਆਧਾਰ ਕਾਰਡ ਸੇ, ਜਾਂ ਸਰਕਾਰ ਬਿਲਕੁਲ ਬੰਦ ਕਰ ਦੇ ਲੇਡੀਜ਼ੋ ਕੇ ਲਈ ਜੋ ਗੱਡੀ ਚਲਾ ਰੱਖੀ ਹੈ, ਲੋਕ ਪੈਸੇ ਮੰਗ ਕੇ। ਕਿੱਥੇ ਰਹਿੰਦੇ ਹੋ ਤੁਸੀਂ? ਕੋਟ ਮੰਗਲ ਸਿੰਘ। ਕਹਾਂ ਜਾਣਾ? ਸਰਹੰਦ ਸ਼ਰੀਫ ਜਾਣਾ ਤਾਂ ਜੀ। ਮਨਦੀਪ ਸਿੰਘ ਮੇਰਾ ਨਾਮ ਹੈ, ਬਟਾਲਾ ਡਿਪੂ ਦੀ ਗੱਡੀ ਹੈ ਜੀ, ਲੁਧਿਆਣੇ ਤੋਂ ਆਪਾਂ ਦਿੱਲੀ ਜਾਣ ਲੱਗੇ ਹਾਂ। ਇਹ ਸਵਾਰੀ ਮੇਰੇ ਕੋਲ ਆਈ ਆ ਸਰਹੰਦ ਜਾਣਾ, ਇਹਨਾਂ ਨੇ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਆ ਵੀ ਜਾਣ ਲੱਗਿਆ ਭਾਲ ਲਈ ਨੇ ਬਹਿ ਜਾਓ ਪਿੱਛੇ, ਨਾ ਮੈਂ ਕੋਈ ਪੈਸਾ ਮੰਗਿਆ, ਨਾ ਮੈਨੂੰ ਪੈਸੇ ਦੀ ਕੋਈ ਜ਼ਰੂਰਤ ਆ। ਜੇ ਸਰਕਾਰ ਨੇ ਫ੍ਰੀ ਕੀਤਾ ਤਾਂ ਆਪਾਂ ਫ੍ਰੀ ਲੈ ਕੇ ਜਾਵਾਂਗੇ, ਆਧਾਰ ਕਾਰਡ ਇਹਨਾਂ ਦੇ ਕੋਲੋਂ, ਆਧਾਰ ਕਾਰਡ ਦੀ ਟਿਕਟ ਕੱਟਾਂਗੇ ਆਪਾਂ ਸਰਹੰਦ ਲੈ ਕੇ ਜਾਵਾਂਗੇ। ਹੋਰ ਕੋਈ ਲੇਡੀਜ਼? ਟਾਈਮ ਇੱਕ ਘੰਟਾ ਟਾਈਮ ਆ, ਇੱਕ ਘੰਟੇ ਤੋਂ ਬਾਅਦ ਜਦੋਂ ਟਾਈਮ ਲੱਗੇਗਾ, ਥੋੜ੍ਹਾ ਟਾਈਮ ਲੱਗੇਗਾ, ਉਦੋਂ ਲੋਕਲ ਆਪਾਂ ਸਾਰੀਆਂ ਕੰਨਾਂ ਸਰਹੰਦ ਗੋਬਿੰਦਗੜ੍ਹ ਦੀ ਸਵਾਰੀ ਭਾਲਣ ਲਈ ਸੀ। ਅਜੇ ਦਿੱਲੀ ਦੀ ਸਵਾਰੀ ਭਾਲਣ ਡੇ ਹਾਂ, ਦਿੱਲੀ ਅੰਬਾਲੇ ਦੀ ਸਵਾਰੀ ਕੱਟਣ ਡੇ ਹਾਂ। ਹੋਰ ਲੇਡੀਜ਼ ਕੋਈ ਆਈ ਆਧਾਰ ਕਾਰਡ ਲੈ ਕੇ? ਭੈਣ ਜੀ ਇਹਨਾਂ ਨੂੰ ਇੱਕੋ ਗੱਲ ਕਹੀ ਆ, ਦੋ ਮਿੰਟ ਰੁਕ ਜਾਓ, ਜਾਣ ਲੱਗਿਆ ਤੁਹਾਨੂੰ ਭਾਲੀ ਨੇ ਸੀਟ ਨੰਬਰ ਦੇ ਦਿੱਤਾ। ਭੈਣ ਜੀ ਦੱਸ ਦਿਓ, ਹਾਂਜੀ ਤੁਹਾਨੂੰ ਕਿਹਾ ਜੀ ਇਹਨਾਂ ਨੇ? ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਚਲੋ ਠੀਕ ਹੈ ਭਾਈ।